ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਦੈਨਿਕ ਉਜਾਲਾ ਵਿੱਚ ਤੁਹਾਡਾ ਸਵਾਗਤ। ਦੋਸਤੋ, ਅਸੀਂ ਗੱਲ ਕਰਾਂਗੇ ਮਸ਼ਹੂਰ ਗਾਇਕ ਬਾਰੇ, ਜਿਸ ਦੀ ਜ਼ਿੰਦਗੀ ਬਾਰੇ ਲੋਕ ਬਹੁਤ ਘੱਟ ਜਾਣਦੇ ਹਨ, ਜਿਸ ਵਿੱਚ ਇਨਸਾਨੀਅਤ ਕੁੱਟ ਕੁੱਟ ਕੇ ਭਰੀ ਹੋਈ ਹੈ, ਜੋ ਕਿ ਅੱਜ ਤੱਕ ਆਪਣੇ ਪੁਰਾਣੇ ਦੋਸਤਾਂ ਨੂੰ ਵੀ ਨਹੀਂ ਭੁੱਲੇ ਜੋ ਉਹਨਾਂ ਦੇ ਆਫਿਸ ਵਿੱਚ ਕੰਮ ਕਰਦੇ ਸੀ ਅਤੇ ਉਹਨਾਂ ਨੂੰ ਵੀ ਉਹਨਾਂ ਨੇ ਕੰਪਨੀਆਂ ਦੇ ਮਾਲਕ ਬਣਾ ਦਿੱਤਾ। ਤੁਸੀਂ ਮੇਰਾ ਇਸ਼ਾਰਾ ਸਮਝ ਹੀ ਗਏ ਹੋਵੋਗੇ। ਜੀ ਹਾਂ, ਮੈਂ ਗੱਲ ਕਰ ਰਿਹਾ ਹਾਂ ਜਸਵਿੰਦਰ ਬੈਂਸ ਦੀ, ਜਿਸ ਨੂੰ ਪੂਰਾ ਵਰਲਡ ਮਸ਼ਹੂਰ ਸਿੰਗਰ ਜੈਜੀ ਬੀ ਦੇ ਨਾਮ ਤੋਂ ਜਾਣਦਾ ਹੈ, ਜਿਸ ਦਾ ਜਨਮ 1 April 1975 ਦੁਰਗਾਪੁਰ ਪਿੰਡ ਨਵਾਂ ਸ਼ਹਿਰ ਵਿੱਚ ਹੋਇਆ। ਦੋਸਤੋ, ਜੈਜੀ ਬੀ 4-5 ਸਾਲ ਦਾ ਸੀ ਅਤੇ ਉਸਦੇ ਮਾਤਾ ਪਿਤਾ ਵੈਨਕੂਵਰ BC ਕੈਨੇਡਾ ਚਲੇ ਗਏ ਅਤੇ ਜੈਜੀ ਬੀ ਨੇ ਆਪਣੀ ਸਾਰੀ ਪੜ੍ਹਾਈ ਕੈਨੇਡਾ ਵਿੱਚ ਹੀ ਪੂਰੀ ਕੀਤੀ। ਜੇ ਗੱਲ ਕਰੀਏ ਜੈਜੀ ਬੀ ਦੀ ਬਾਕੀ ਫੈਮਿਲੀ ਦੀ, ਜੈਜੀ ਬੀ ਦੀਆਂ 2 ਭੈਣਾਂ ਹਨ ਅਤੇ 1 ਭਰਾ। ਇੱਕ ਭੈਣ ਦਾ ਨਾਮ ਹੈ ਕਮਲੇਸ਼ ਕੌਰ ਅਤੇ ਦੂਜੀ ਦਾ ਰਸਪਾਲ ਕੌਰ, ਅਤੇ ਭਰਾ ਦਾ ਨਾਮ ਹੈ ਗੁਰਦੇਵ ਸਿੰਘ ਬੈਂਸ, ਜੋ ਕਿ ਕਬੱਡੀ ਦਾ ਬਹੁਤ ਵਧੀਆ ਪਲੇਅਰ ਸੀ। ਜੇ ਗੱਲ ਕਰੀਏ ਜੈਜੀ ਬੀ ਦੀ ਮੈਰਿਜ ਲਾਈਫ ਬਾਰੇ, ਜੈਜੀ ਬੀ ਦੀ ਪਤਨੀ ਦਾ ਨਾਮ ਹੈ ਹਰਦੀਪ ਕੌਰ ਅਤੇ 2 ਬੱਚੇ ਹਨ, 1 ਲੜਕਾ ਅਤੇ 1 ਲੜਕੀ। ਬੇਟੇ ਦਾ ਨਾਮ ਹੈ ਚੋਵਨ। ਜੈਜੀ ਬੀ ਅੱਜ ਕੱਲ੍ਹ ਇੰਗਲੈਂਡ ਵਿੱਚ ਬਰਮਿੰਗਮ ਸ਼ਹਿਰ ਵਿੱਚ ਰਹਿ ਰਹੇ ਹਨ। ਦੋਸਤੋ, ਜੇ ਗੱਲ ਕਰੀਏ ਜੈਜੀ ਬੀ ਦੀ ਗਾਇਕੀ ਦੇ ਸਫ਼ਰ ਦੀ, ਜੈਜੀ ਬੀ ਦੀ ਪਹਿਲੀ ਕੈਸੇਟ 1993 ਵਿੱਚ ਮਾਰਕੀਟ ਵਿੱਚ ਆਈ ਸੀ, ਜਿਸ ਦਾ ਨਾਮ ਸੀ ਘੁੱਗੀਆਂ ਦਾ ਜੋੜਾ। ਬਸ ਜੈਜੀ ਬੀ ਨੇ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਅਤੇ ਅੱਜ ਤੱਕ ਜੈਜੀ ਬੀ ਨੇ ਆਪਣਾ ਨਾਮ ਉਸੇ ਤਰ੍ਹਾਂ ਹੀ ਕਾਇਮ ਰੱਖਿਆ ਹੈ। ਅਤੇ ਜੈਜੀ ਬੀ ਨੇ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਵੀ ਗੀਤ ਗਾਏ, ਜਿਨ੍ਹਾਂ ਦੀ ਇੱਕ ਵੱਖਰੀ ਪਹਿਚਾਣ ਬਣੀ। ਦੋਸਤੋ, ਹੁਣ ਗੱਲ ਕਰਦੇ ਹਾਂ ਜੈਜੀ ਬੀ ਦੇ ਮਾਤਾ ਪਿਤਾ ਅਤੇ ਗੁਰੂ ਦੀ। ਜੈਜੀ ਬੀ ਦੇ ਮਾਤਾ ਪਿਤਾ ਅਤੇ ਗੁਰੂ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ। ਜੈਜੀ ਬੀ ਦੇ ਗੁਰੂ ਦਾ ਨਾਮ ਸਾਰੀ ਦੁਨੀਆਂ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ, ਜਿਸ ਦਾ ਨਾਮ ਸੀ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਨਕ ਸਾਹਿਬ। ਦੋਸਤੋ, ਜੇ ਹੁਣ ਗੱਲ ਕਰੀਏ ਆਪਾਂ ਜੈਜੀ ਬੀ ਦੀ ਪਿਆਰ ਦੀ, ਜੈਜੀ ਬੀ ਸਭ ਤੋਂ ਜ਼ਿਆਦਾ ਪਿਆਰ ਕਿਸ ਨੂੰ ਕਰਦੇ ਹਨ? ਦੋਸਤੋ, ਜੈਜੀ ਬੀ ਨੇ ਆਪਣੀ ਸੱਜੀ ਬਾਂਹ 'ਤੇ ਆਪਣੇ ਪਿਤਾ ਦਾ ਟੈਟੂ ਬਣਾਇਆ ਹੋਇਆ ਹੈ ਅਤੇ ਗਰਦਨ 'ਤੇ ਆਪਣੀ ਮਾਤਾ ਦਾ ਟੈਟੂ ਬਣਾਇਆ ਹੋਇਆ ਹੈ ਅਤੇ ਦੂਜੀ ਬਾਂਹ 'ਤੇ ਆਪਣੇ ਮਾਨਯੋਗ ਕੁਲਦੀਪ ਮਾਨਕ ਸਾਹਿਬ ਗੁਰੂ ਦਾ ਟੈਟੂ ਬਣਾਇਆ ਹੋਇਆ ਹੈ, ਜਿਸ ਤੋਂ ਸਾਫ ਪਤਾ ਲੱਗਦਾ ਹੈ ਦੋਸਤੋ ਕਿ ਜੈਜੀ ਬੀ ਸਭ ਤੋਂ ਜ਼ਿਆਦਾ ਪਿਆਰ ਆਪਣੇ ਮਾਤਾ ਪਿਤਾ ਅਤੇ ਗੁਰੂ ਕੁਲਦੀਪ ਮਾਨਕ ਸਾਹਿਬ ਨੂੰ ਕਰਦੇ ਸੀ। ਦੋਸਤੋ, ਜੇ ਹੁਣ ਗੱਲ ਕਰੀਏ ਜੈਜੀ ਬੀ ਦੇ ਕਰੈਕਟਰ ਬਾਰੇ, ਦੋਸਤੋ ਜੈਜੀ ਬੀ ਦਾ ਕਰੈਕਟਰ ਇੰਡਸਟਰੀ ਵਿੱਚ ਬਹੁਤ ਹੀ ਸਾਫ਼ ਸੁਥਰਾ ਹੈ, ਜਿਸ 'ਤੇ ਪੂਰੀ ਇੰਡਸਟਰੀ ਬਹੁਤ ਮਾਣ ਕਰਦੀ ਹੈ। ਦੋਸਤੋ, ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਅਤੇ ਆਪਣੇ ਕਮੈਂਟ ਸਾਨੂੰ ਜ਼ਰੂਰ ਭੇਜਿਓ ਤਾਂ ਕਿ ਅਸੀਂ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਲੈ ਕੇ ਆਈਏ। ਨਮਸਕਾਰ।